ਬਾਅਦ ਵਿੱਚ ਉਹਨਾਂ ਨੇ ਕਿਹਾ ਸੀ ਵੀ ਇਹ ਸਿੱਖ ਜਰਾਇਮ ਪੇਸ਼ਾ ਕੌਮ ਹੈ, ਇਹਨਾਂ ਦਾ ਖਿਆਲ ਰੱਖਿਆ ਜਾਵੇ। ਜਿਹੜੀ ਗੱਲ ਬਾਅਦ ਵਿੱਚ ਸਰਦਾਰ ਕਪੂਰ ਸਿੰਘ ਨੇ ਜਿਹੜੀ ਸੀ ਬਾਹਰ ਦੱਸੀ ਸੀ, ਉਹ IAS ਆਫੀਸਰ ਸੀ, ਤੇ ਹਾਂਜੀ ਜੋ ਸਰਕਾਰੀ ਜਿਹੜਾ ਸਰਕੂਲਰ ਜਾਰੀ ਹੋਇਆ ਸੀ, ਜੋ ਹੁਕਮ ਜਾਰੀ ਹੋਏ ਨੇ ਬਾਹਰ ਦੱਸੇ, ਬਾਅਦ ਵਿੱਚ ਉਹਨਾਂ ਨੂੰ ਬੜਾ ਸੰਤਾਪ ਹਟਾਉਣਾ ਪਿਆ। ਜਿਹੜੇ ਸਿੱਖਾਂ ਦੇ ਰੋਸ਼ਨ ਦਿਮਾਗ ਸੀ ਸਰਦਾਰ ਕਪੂਰ ਸਿੰਘ IAS, ਇਹ ਪੰਜ ਛੇ ਮੁੱਖ ਕਾਰਨ ਸੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੀ ਸ਼ਹਾਦਤ ਦੇ, ਜਿਹੜਾ ਗੁਰਬਾਣੀ ਦਾ ਪ੍ਰਚਾਰ ਪ੍ਰਸਾਰ ਹੋ ਰਿਹਾ, ਕਿ ਜਿਹੜਾ ਬਾਣੀ ਦਾ ਸਰੂਪ ਤਿਆਰ ਕਰ ਦਿੱਤਾ ਸੀ, ਤੇ ਉਹਦੇ ਬਾਰੇ ਵੀ ਉਹ ਕੰਨ ਭਰਦੇ ਸੀ ਕਿ ਇਸ ਰੂਪ ਦੇ ਵਿੱਚ ਇਸਲਾਮ ਦੀ ਨਿੰਦਾ ਵਾ। ਸਗੀ ਸਰਵਰ ਇਹ ਵੀ, ਕਿਉਂਕਿ ਜਿਹੜੇ ਭਾਈ ਮੱਝ ਵਰਗੇ, ਭਾਈ ਤੀਰਥੇ ਵਰਗੇ ਜਿਹੜੇ ਸੀਗੇ ਸਗੀ ਸਰਵਰ ਦੇ ਪੁਜਾਰੀ, ਠੀਕ ਗੁਰੂ ਦੀ ਬਾਣੀ ਸੁਣ ਕੇ, ਗੁਰੂ ਦੀ ਸੰਗਤ ਕਰਕੇ, ਉਹ ਸਗੀ ਸਰਵਰ ਨੂੰ ਛੱਡ ਕੇ, ਮੜੀਆਂ ਕਬਰਾਂ ਨੂੰ ਛੱਡ ਕੇ ਗੁਰੂ ਦੀ ਸਿੱਖੀ ਨਾਲ ਜੁੜ ਗਏ ਸੀਗੇ। ਉਸ ਸਮੇਂ ਦੇ ਜਿਹੜੇ ਹੈਗੇ ਆ ਉਹਨਾਂ ਵਿੱਚੋਂ ਸਾਨੂੰ ਜਿਹੜੀਆਂ ਨੇ ਵਿਚਾਰਧਾਰਾ ਜਿਹੜੀਆਂ ਉਹ ਮਿਲਦੀਆਂ ਨੇ। ਪਰ ਇੱਕੋ ਗੱਲ ਆਪਾਂ ਲੈ ਲਈਏ ਕਿ ਸਤਿਗੁਰ ਸੱਚੇ ਪਾਤਸ਼ਾਹ ਦੀ ਸ਼ਹਾਦਤ ਹੋਈ, ਹਾਂਜੀ ਸ਼ਹੀਦ ਕੀਤਾ ਗਿਆ ਉਹਨਾਂ ਨੂੰ, ਤਸੀਹੇ ਦੇ ਕੇ ਕੀਤਾ ਗਿਆ, ਔਰ ਗੁਰੂ ਸਾਹਿਬ ਨੇ ਜਬਰ ਦਾ ਮੁਕਾਬਲਾ ਜਿਹੜਾ ਸੀ ਉਹ ਸਬਰ ਨਾਲ ਕੀਤਾ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ। ਜਿਹੜਾ ਸਰੂਪ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਤਿਆਰ ਕੀਤਾ ਸੀ ਉਹਦੇ ਚ 30 ਰਾਗਾਂ ਚ ਬਾਣੀ ਆ, ਤੇ ਜੋ ਤਖ਼ਤ ਸ੍ਰੀ ਦਮਦਮਾ ਸਾਹਿਬ ਗੁਰੂ ਕਾਸ਼ੀ ਤਲਵੰਡੀ ਸਾਬੋ ਦੀ ਧਰਤੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੰਠੋਂ ਉਚਾਰਨ ਕਰਕੇ ਬਾਣੀ ਲਿਖਵਾਈ ਸੀ, ਤੇ 9ਵੇਂ ਪਾਤਸ਼ਾਹ ਦੀ ਬਾਣੀ ਹਾਂਜੀ ਦਰਜ ਕੀਤੀ ਸੀ। ਫਿਰ ਜਿਹੜਾ ਸੰਪੂਰਨ ਸਰੂਪ ਆ 31 ਰਾਗਾਂ ਦੇ ਵਿੱਚ ਬਾਣੀ ਦਰਜ ਹਾਂਜੀ ਹੋਈ। ਠੀਕ ਹੈ ਮੇਰੀ ਮੰਮੀ ਜਿਹੜੀ ਸੀ ਉਸ ਵੇਲੇ ਤਕਰੀਬਨ 7-8 ਸਾਲ ਦੀ ਉਮਰ ਸੀਗੀ ਉਸ ਸਮੇਂ, ਠੀਕ ਹੈ ਜੀ ਤਾਂ ਮੇਰਾ ਬੜਾ ਬਚਪਨ ਸੀ। ਪਰ ਮੈਨੂੰ ਅੱਜ ਵੀ ਯਾਦ ਆ ਕਿ ਜਦੋਂ ਉੱਥੇ ਗੋਲਾਬਾਰੀ ਹੋਈ ਸੀ, ਕਿਉਂਕਿ ਜੇ ਹਵਾਈ ਰਸਤਾ ਗਿਣੀਏ ਤੇ 60 ਕਿਲੋਮੀਟਰ, ਜਿਹੜਾ ਸ਼ਾਇਦ 60-70 ਕਿਲੋਮੀਟਰ ਬਣਦਾ, ਜਿਹੜਾ ਮੇਰਾ ਜਨਮ ਸਥਾਨ ਆ ਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਆ, ਅੱਛਾ ਜੀ ਤੇ ਜਦੋਂ ਉੱਥੇ ਗੋਲੇ ਚੱਲਦੇ ਸੀ, ਮੈਨੂੰ ਅੱਜ ਵੀ ਯਾਦ ਆ, ਮੈਨੂੰ ਸੁਰ ਤੇ ਆ ਕੇ ਉਸ ਵੇਲੇ ਉਹਨਾਂ ਗੋਲਿਆਂ ਦੀ ਆਵਾਜ਼ ਆਉਂਦੀ ਸੀਗੀ, ਠੀਕ ਹੈ ਕਿਉਂਕਿ ਹਵਾਈ ਰਸਤਾ ਜਿਹੜਾ ਸੀ ਉਹ ਕੋਈ ਬਹੁਤਾ ਨਹੀਂ ਸੀ ਪਿੰਡ ਤੋਂ ਦਰਬਾਰ ਸਾਹਿਬ ਦਾ। ਜਿਹੜੇ ਦੁੱਖ ਤਕਲੀਫ ਭੁੱਖ ਪਿਆਸ ਧੁੱਪ ਛਾਂ ਇਹ ਸਰੀਰ ਤੱਕ ਹੁੰਦੀ ਆ, ਹਾਂਜੀ ਵੇਦਾਂਤ ਦੇ ਵਿੱਚ ਇਹ ਆਉਂਦਾ ਕਿ ਸਗਲ ਦੁੱਖ ਕੋ ਕਾਰਨ ਦੇਹ, ਜਿਹੜਾ ਮੈਂ ਬਚਨ ਸਾਂਝਾ ਕਰਨਾ ਚਾਹੁੰਦਾ ਸੀ, ਠੀਕ ਹੈ ਵੇਦਾਂਤੀ ਮਹਾਂਪੁਰਸ਼ਾਂ ਨੇ ਲਿਖਿਆ ਕਿ ਸਗਲ ਦੁੱਖ ਕੋ ਕਾਰਨ ਦੇਹ, ਵੀ ਸਾਰੇ ਦੁੱਖਾਂ ਦਾ ਕਾਰਨ ਤੇਰਾ ਸਰੀਰ ਆ, ਦੇਹ ਆ। ਠੀਕ ਹੈ ਹੁਣ ਤੁਸੀਂ ਦੇਖੋ, ਜੇ ਭੁੱਖ ਆ ਤਾਂ ਵੀ ਸਰੀਰ ਨੂੰ ਲੱਗਦੀ ਆ, ਪਿਆਸ ਆ ਤਾਂ ਵੀ ਸਰੀਰ ਨੂੰ ਆ, ਸਰੀਰ ਨੂੰ ਭੋਜਨ ਤੇ ਪਾਣੀ ਚਾਹੀਦਾ, ਜੇ ਸਰਦੀ ਆ ਗਰਮੀ ਆ ਉਹ ਵੀ ਸਰੀਰ ਨੂੰ ਲੱਗਦੀ, ਧੁੱਪ ਛਾਂ ਆ ਉਹ ਵੀ ਸਰੀਰ ਨੂੰ ਲੱਗਦੀ ਆ, ਤੇ ਇਸੇ ਤਰ੍ਹਾਂ ਜਿਹੜਾ ਦੁੱਖ ਤਕਲੀਫ ਉਹ ਵੀ ਸਰੀਰ ਨੂੰ ਆ, ਆਤਮਾ ਨਿਰਲੇਪ ਆ। ਜਿਹੜੇ ਦੰਗੇ ਹੁੰਦੇ ਆ ਉਹ ਦੋ ਜਦੋਂ ਧਿਰਾਂ ਆਪਸ ਵਿੱਚ ਲੜਦੀਆਂ, ਦੋ ਫਿਰਕੇ ਲੜਦੇ ਆ ਤੇ ਦੰਗਾ ਫਸਾਦ ਹੁੰਦਾ, ਇੱਕ ਦੂਜੇ ਦੇ ਸੱਟਾਂ ਲੱਗਦੀਆਂ ਜਾਂ ਮਾਰ ਮਰੀਆ ਹੁੰਦਾ, ਵੱਢ ਟੁੱਕ ਹੁੰਦੀ, ਉਹਨੂੰ ਦੰਗੇ ਫਸਾਦ ਕਿਹਾ ਜਾ ਸਕਦਾ। ਠੀਕ ਹੈ ਪਰ ਜਿਹੜਾ 1984 ਦਾ ਇੰਦਰਾ ਗਾਂਧੀ ਦੇ ਮਰਡਰ ਤੋਂ ਬਾਅਦ ਹੋਇਆ, ਉਹ ਸਿੱਖ ਜੀਨੋਸਾਈਡ ਆ, ਸਿੱਖ ਕਤਲੇਆਮ ਆ, ਠੀਕ ਹੈ ਜੀ ਉਹਨੂੰ ਵੀ ਅਸੀਂ ਜਿਹੜਾ ਸਰਕਾਰੀ ਨਾਂ ਦਿੱਲੀ ਦੰਗੇ ਨਹੀਂ ਕਹਿ ਸਕਦੇ, ਉਹ ਦਿੱਲੀ ਕਤਲੇਆਮ ਆ, ਬੜੀ ਸੋਚੀ ਸਮਝੀ ਸਾਜਿਸ਼ ਦੇ ਤਹਿਤ ਉਹ ਕਤਲੇਆਮ ਹੋਇਆ ਸੀਗਾ। ਸਾਰੇ ਧਰਮਾਂ ਨੂੰ ਆਪੋ ਆਪਣਾ ਧਰਮ ਮੁਬਾਰਕ, ਸਾਨੂੰ ਆਪਣਾ ਧਰਮ ਮੁਬਾਰਕ, ਪਰ ਜਿਹਨਾਂ ਦੀ ਨੀਤੀ ਸੌੜੀ ਹੋ ਗਈ ਸੀ ਕਿ ਦੂਜੇ ਕਿਸੇ ਧਰਮ ਦਾ ਪ੍ਰਚਾਰ ਪ੍ਰਸਾਰ ਨਾ ਹੋਵੇ ਤੇ ਕੇਵਲ ਸਾਡੀ ਗੱਲ ਹੋਵੇ, ਇਹ ਸਾਰੇ ਕਾਰਨ ਜਿਹੜੇ ਸੀਗੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਨੂੰ ਸ਼ਹੀਦ ਕਰਨ ਦੇ ਸੀ, ਤੇ ਸਤਿਗੁਰ ਸੱਚੇ ਪਾਤਸ਼ਾਹ ਨੇ ਆਪਣੀ ਫਲੋਸਫੀ ਦੇ ਉੱਪਰ, ਆਪਣੇ ਸਿਧਾਂਤ ਦੇ ਉੱਪਰ, ਜੋ ਉਹਨਾਂ ਨੇ ਗੁਰੂ ਨਾਨਕ ਸਾਹਿਬ ਦੇ ਸਿਧਾਂਤ ਸੀ ਉਹਦੇ ਤੇ ਪਹਿਰਾ ਦਿੰਦਿਆਂ, ਇਸ ਤਰ੍ਹਾਂ ਸਤਿਗੁਰ ਸੱਚੇ ਪਾਤਸ਼ਾਹ ਨੇ ਸ਼ਹਾਦਤ ਦਾ ਜਾਮ ਪੀਤਾ, ਉਪਰੇ ਹੱਥਾਂ ਵਿੱਚ ਰੋਣ ਲੱਗ ਜਾਂਦਾ। ਤਾਂ ਮੈਨੂੰ ਫਿਰ ਉਹ ਸੰਤਾਂ ਨੇ, ਜਿਹੜਾ ਮਾਤਾ ਪਿਤਾ ਨੇ ਫੜਨ ਦੀ ਕੋਸ਼ਿਸ਼ ਕੀਤੀ ਉਹ ਸੰਤਾਂ ਦੀ ਗੋਦ ਚੋਂ, ਵੀ ਚਲੋ ਚੁੱਪ ਕਰਾਉਣ, ਤੇ ਸੰਤ ਕਹਿੰਦੇ ਕੋਈ ਨੀ ਰੋ ਲੈਣ ਦੇ, ਉਹ ਗਲਾ ਹੀ ਸਾਫ਼ ਹੁੰਦਾ ਵਾ। ਪਹਿਲੀ ਸ਼ਾਇਦ ਇਹ ਗੱਲ ਸੀ ਸੰਸਾਰ ਦੇ ਅੰਦਰ ਕਿ ਇਸ ਉਸ ਭਾਰਤ ਦੇਸ਼ ਦੀ ਫੌਜ ਨੇ ਜਿਸ ਦੇਸ਼ ਨੂੰ ਆਜ਼ਾਦ ਕਰਾਉਣ ਲਈ ਸਭ ਤੋਂ ਵੱਧ ਕੁਰਬਾਨੀਆਂ ਸਿੱਖ ਪੰਥ ਨੇ ਦਿੱਤੀਆਂ। ਮੈਂ ਅਕਸਰ ਅੰਕੜੇ ਸਾਂਝੇ ਕਰਦਾ ਹੁੰਦਾ ਜਿਹੜੇ ਕਿ ਭਾਰਤ ਸਰਕਾਰ ਦੇ ਵੱਲੋਂ ਛਪੀ ਹੋਈ ਇਤਿਹਾਸ ਦੀ ਬੁੱਕ ਵਿੱਚ ਹੈ, ਭਾਰਤ ਸਰਕਾਰ ਦੇ ਅੰਕੜੇ ਆ, ਇਹ ਕਿਸੇ ਹੋਰ ਦੇ ਨਹੀਂ ਆ, ਆਪਣੇ ਬਣਾਏ ਹੋਏ ਨਹੀਂ ਆ, ਕਿ ਜੇ ਭਾਰਤ ਦੀ ਆਜ਼ਾਦੀ ਵਾਸਤੇ 121 ਬੰਦੇ ਫਾਂਸੀ ਚੜੇ ਤਾਂ ਉਹਨਾਂ ਚ 93 ਸਿੱਖ ਸੀਗੇ।